ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਓਪਨ ਵਰਕ ਪਰਮਿਟ ਦੀ। ਜਦੋਂ ਕੈਨੇਡਾ ਓਪਨ ਵਰਕ ਪਰਮਿਟ ਐਪਲੀਕੇਸ਼ਨ ਬਾਰੇ ਗੱਲ ਹੁੰਦੀ ਹੈ, ਕਿਤੇ ਨਾ ਬਹੁਤ ਜ਼ਿਆਦਾ ਏਜੰਟਸ ਦੇ ਰਿਊਮਰ ਰਹਿੰਦੇ ਆ। ਕਈ ਏਜੰਟਸ ਇੱਦਾਂ ਕਹਿੰਦੇ ਕਿ ਤੁਹਾਡਾ ਓਪਨ ਵਰਕ ਪਰਮਿਟ ਐਪਲੀਕੇਸ਼ਨ ਗ੍ਰਾਂਟ ਨਹੀਂ ਹੋਣੀ, ਸਿਰਫ ਸਟੂਡੈਂਟ ਦਾ ਵੀਜ਼ਾ ਗ੍ਰਾਂਟ ਹੋਊਗਾ। ਕਈ ਏਜੰਸੀ ਇਹ ਵਰਡਿੰਗ ਹੈਗੀ ਹੈ ਕਿ 1.5 ਤੋਂ 2 ਸਾਲ ਲੱਗ ਜਾਂਦੇ, ਬਟ ਉਹਦੇ 'ਚ ਵੀ ਗਰੰਟੀ ਨਹੀਂ ਹੈਗੀ ਕਿ ਓਪਨ ਵਰਕ ਪਰਮਿਟ ਐਪਲੀਕੇਸ਼ਨ ਗ੍ਰਾਂਟ ਹੋਏਗੀ ਜਾਂ ਨਹੀਂ ਹੋਏਗੀ। ਕਈ ਏਜੰਟਸ ਇਹ ਰੂਮਰ ਹੈਗੇ ਕਿ ਐਪਲੀਕੇਸ਼ਨ ਫਸੀਆਂ ਰਹਿ ਜਾਂਦੀਆਂ, ਉਹਨੂੰ ਵਿਦਡਰੋਲ ਪਾਣੀ ਪੈਂਦੀ ਹੈ, ਤਾਂ ਜਾ ਕੇ ਤੁਹਾਡਾ ਲਾਈਕ ਕੇਸ ਤੁਸੀਂ ਵਾਪਸ ਲੈ ਸਕਦੇ ਹੋ। ਸੋ ਅੱਜ ਮੈਂ ਇੱਕ ਸਕਸੈਸ ਸਟੋਰੀ ਸ਼ੇਅਰ ਕਰਨਾ ਚਾਹੂੰਗਾ ਤੁਹਾਡਾ। ਮੇਰੇ ਨਾਲ ਨੇ ਗੁਰਵਿੰਦਰ ਸਿੰਘ ਰਿਆੜ ਬਟਾਲੇ ਤੋਂ, ਤੇ ਕੰਗ੍ਰੈਚੁਲੇਸ਼ਨ ਸਰ, ਤੁਹਾਡਾ ਓਪਨ ਵਰਕ ਪਰਮਿਟ ਐਪਲੀਕੇਸ਼ਨ ਗ੍ਰਾਂਟ ਹੋ ਗਈ। ਥੈਂਕ ਯੂ ਸਰ। ਸਰ ਜਦੋਂ ਤੁਸੀਂ ਤੁਹਾਡੀ ਵਾਈਫ ਦਾ ਵੀਜ਼ਾ ਗ੍ਰਾਂਟ ਕਰਨਾ ਸੀਗਾ, ਤੁਸੀਂ ਮੇਰੇ ਕੋਲ ਆਏ ਸੀਗੇ, ਉਹ ਜਰਨੀ ਤੋਂ ਲੈ ਕੇ ਅੱਜ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ, ਮਤਲਬ ਉਦੋਂ ਤੁਸੀਂ ਕਾਫੀ ਡਾਊਟਫੁਲ ਸੀਗੇ, ਤੁਹਾਡੇ ਕਾਫੀ ਮਨ 'ਚ ਸਵਾਲ ਸੀਗੇ, ਅੱਜ ਤੁਸੀਂ ਆਏ ਹੋ, ਤੁਹਾਡਾ ਵੀ ਵੀਜ਼ਾ ਗ੍ਰਾਂਟ ਹੋ ਗਿਆ। ਸੋ ਕੀ ਸਾਰੀ ਜਰਨੀ ਹੈ ਤੁਹਾਡੀ ਓਨ ਗਲੋਬਲ ਨਾਲ, ਕੀ ਸ਼ੇਅਰ ਕਰਨਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਵਿੰਦਰ ਸਿੰਘ, ਮੈਂ ਬਟਾਲੇ ਤੋਂ ਬਿਲੋਂਗ ਕਰਦਾ। ਜਿੱਥੋਂ ਤੱਕ ਵੀਜ਼ੇ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਮੈਂ ਆਪਣੀ ਵਾਈਫ ਦਾ ਵੀਜ਼ਾ ਅਪਲਾਈ ਕਰਨਾ ਸੀ, ਮੈਂ ਕਾਫੀ ਏਜੰਟ ਕੋਲ ਗਿਆ, ਮੈਨੂੰ ਕਿਸੇ ਨੇ ਚੰਗੀ ਸਲਾਹ ਨਹੀਂ ਦਿੱਤੀ। ਕਿਹਾ ਜਾਂਦਾ ਸੀ ਕਿ ਮਤਲਬ ਉੱਥੇ ਇਕੱਲਾ ਸਟੂਡੈਂਟ ਜਾਂਦਾ, ਕੈਨੇਡਾ ਵਰਕ ਪਰਮਿਟ ਨਹੀਂ ਜਾਂਦਾ। ਜੇ ਵਰਕ ਪਰਮਿਟ ਲੱਗਦਾ ਉਹਨੂੰ 1.5 ਤੋਂ 2 ਸਾਲ ਦਾ ਟਾਈਮ ਲੱਗਦਾ। ਫਿਰ ਮੈਂ ਓਮ ਗਲੋਬਲ ਵਿਜ਼ਿਟ ਕੀਤਾ, ਇਹਨਾਂ ਨੇ ਮੇਰੀ ਵਾਈਫ ਦਾ ਵੀਜ਼ਾ ਲੱਗਣ ਤੋਂ ਬਾਅਦ ਮੇਰੀ ਫਾਈਲ ਪ੍ਰੋਸੈਸ ਕੀਤੀ। ਜੋ ਜੋ ਇਹਨਾਂ ਨੇ ਡਾਕੂਮੈਂਟ ਮੈਨੂੰ ਕਹੇ ਸੀ ਮੈਂ ਇਹਨਾਂ ਨੂੰ ਪ੍ਰੋਵਾਈਡ ਕੀਤੇ। ਸੋ 4 ਮਹੀਨੇ ਵਿੱਚ ਮੇਰਾ ਵੀਜ਼ਾ ਲੱਗ ਕੇ ਆ ਗਿਆ। ਮੈਂ ਇਹਨਾਂ ਦੀ ਸਰਵਿਸ ਤੋਂ ਬਹੁਤ ਖੁਸ਼ ਹਾਂ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਘੱਟ ਨੌਲੇਜ ਵਾਲੇ ਏਜੰਟ ਆ ਉਹਨਾਂ ਤੋਂ ਬਚੋ, ਇੱਕ ਵਾਰ ਆ ਕੇ ਓਮ ਗਲੋਬਲ ਜ਼ਰੂਰ ਵਿਜ਼ਿਟ ਕਰੋ। ਥੈਂਕ ਯੂ।